ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੈਸਟ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਇਸ ਵੀਡੀਓ ਤੁਹਾਨੂੰ ਦੱਸਾਂਗੇ ਕਿ ਜਲੰਧਰ ਤੇ ਮੋਹਾਲੀ ਵਾਲੇ ਸਟੂਡੈਂਟ ਨੇ ਕਦੋਂ ਪਹੁੰਚਣਾ ਉੱਥੇ। ਜਿਵੇਂ ਕਿ ਸਾਰੇ ਸਟੂਡੈਂਟ ਨੂੰ ਪਤਾ ਹੀ ਹੈ ਕਿ ਲਾਸਟ ਜਿਹੜਾ ਜਲੰਧਰ ਮੈਰੀਟੋਰੀਅਸ ਵੱਲੋਂ ਮੈਸੇਜ ਆਇਆ ਸੀ ਕਿ 7 ਅਗਸਤ 2023 ਨੂੰ ਸਕੂਲ ਦੇ ਵਿੱਚ ਹਾਜ਼ਰ ਹੋਣਾ ਤੇ ਸਾਰੇ ਡਾਕੂਮੈਂਟ ਤੇ ਐਡਮਿਸ਼ਨ ਵੇਲੇ ਪੈਂਡਿੰਗ ਰਹਿ ਗਈਆਂ ਚੀਜ਼ਾਂ ਜਿਹੜੀਆਂ ਉਹ ਵੀ ਉੱਥੇ ਨਾਲ ਲੈ ਕੇ ਜਾਣੀਆਂ ਸੀ ਤੇ ਹੋਸਟਲ ਦਾ ਸਮਾਨ ਵੀ ਜਿਹੜਾ ਤੁਸੀਂ ਇੱਥੇ ਨਾਲ ਲੈ ਕੇ ਪਹੁੰਚਣਾ ਸੀਗਾ 7 ਤਰੀਕ ਨੂੰ। ਤੇ ਇੱਕ ਲੇਟੈਸਟ ਜਿਹੜਾ ਅੱਜ ਹੀ ਮੈਸੇਜ ਆਇਆ ਜਿਹੜਾ ਸਾਨੂੰ ਜਤਿੰਦਰ ਪਾਲ ਸਰ ਮੈਰੀਟੋਰੀਅਸ ਸਕੂਲ ਜਲੰਧਰ ਦੇ ਵਿੱਚ ਨੇ, ਉਹਨਾਂ ਨੇ ਸਾਨੂੰ ਸਪੈਸ਼ਲ ਜਿਹੜਾ ਇਹ ਭੇਜਿਆ ਮੈਸੇਜ ਜਿਸ ਦੇ ਵਿੱਚ ਲਿਖਦੇ ਨੇ ਕਿ ਸਕੂਲ ਆਉਣ ਦਾ ਜਿਹੜਾ ਦਿਨ ਬਦਲ ਗਿਆ ਤੇ ਕਿਰਪਾ ਕਰਕੇ ਸਾਰੇ ਵਿਦਿਆਰਥੀ ਕੱਲ ਸਕੂਲ ਰਿਪੋਰਟ ਕਰਨ। ਇਹ ਤੁਹਾਨੂੰ ਤੁਹਾਡੇ ਗਰੁੱਪ ਦੇ ਵਿੱਚ ਵੀ ਆ ਚੁੱਕਿਆ ਹੋਊਗਾ, ਪਰ ਜਿਹਦਾ ਨਾਮ ਗਰੁੱਪ ਦੇ ਵਿੱਚ ਐਡ ਨਹੀਂ ਹੈਗਾ ਉਹਨੂੰ ਵੀ ਪਤਾ ਲੱਗ ਜਾਏਗਾ। ਹੁਣ ਆਪਣੇ ਸਾਰੇ ਸਰਟੀਫਿਕੇਟ ਜੋ ਪੈਂਡਿੰਗ ਹਨ ਉਹ ਨਾਲ ਲੈ ਕੇ ਆਉਣ, ਹੋਸਟਲ ਵਿੱਚ ਰਹਿਣ ਲਈ ਜ਼ਰੂਰੀ ਸਮਾਨ ਵੀ ਆਪਣਾ ਨਾਲ ਲੈ ਕੇ ਜਾਣ। ਦੇਖੋ ਸਟੂਡੈਂਟ, ਕੱਲ ਹੀ ਜਿਹੜੀ 4 ਤਰੀਕ ਹੈ ਤੇ ਤੁਸੀਂ ਕੱਲ ਹੀ ਜਿਹੜੇ ਉੱਥੇ ਪਹੁੰਚ ਜਾਓ। ਜੇ ਸਟੂਡੈਂਟ ਨੂੰ ਕੋਈ ਜ਼ਿਆਦਾ ਪ੍ਰੋਬਲਮ ਆਪਣੀ ਤਿਆਰੀ ਨਹੀਂ ਕਰ ਸਕਦਾ ਇੰਨੀ ਜਲਦੀ, ਜਾਂ ਕਿਸੇ ਨੇ ਆਪਣੀ ਤਿਆਰੀ ਨਹੀਂ ਕਰਕੇ ਰੱਖੀ ਹਜੇ ਤੱਕ, ਤਾਂ ਉਹ ਇੱਕ ਦਿਨ ਲੇਟ ਹੋ ਸਕਦਾ। ਪਰ ਅਦਰਵਾਈਜ਼ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਕੱਲ੍ਹ ਹੀ ਉੱਥੇ ਆਪਣਾ ਸਾਰਾ ਸਮਾਨ ਲੈ ਕੇ ਪਹੁੰਚ ਜਾਓ। ਔਰ ਜਿੰਨੀਆਂ ਵੀ ਤੁਹਾਡੀਆਂ ਕੋਈ ਪੁਰਾਣੀਆਂ ਬੁੱਕਸ ਨੇ, ਕੋਈ ਕਾਪੀਆਂ ਨੇ, ਤੁਸੀਂ ਉਹ ਵੀ ਆਪਣੇ ਨਾਲ ਲੈ ਜਾਓ, ਕਿਉਂਕਿ ਉੱਥੇ ਤੁਹਾਨੂੰ ਲੋੜ ਪੈ ਸਕਦੀ ਹੈ ਇਹਨਾਂ ਚੀਜ਼ਾਂ ਦੀ। ਜਿੱਥੋਂ ਤੁਸੀਂ ਆਪਣੀ ਕਾਪੀ ਤਿਆਰ ਕੀਤੀ ਹੋਈ ਹੈ, ਕੋਈ ਤੁਹਾਡੀ ਗਾਈਡ ਆ ਤੁਹਾਡੇ ਕੋਲ, ਉਹ ਵੀ ਤੁਸੀਂ ਸਾਰਾ ਕੁਝ ਤੁਹਾਡਾ ਸਟੱਡੀ ਮਟੀਰੀਅਲ ਜਿਹੜਾ ਤੁਹਾਡੇ ਕੋਲ ਹੈ ਤੁਸੀਂ ਆਪਣਾ ਨਾਲ ਜ਼ਰੂਰ ਲੈ ਕੇ ਜਾਓ। ਤੁਸੀਂ ਉੱਥੇ ਜਾ ਕੇ ਜਤਿੰਦਰ ਪਾਲ ਸਰ ਜੋ ਪੰਜਾਬੀ ਦੇ ਲੈਕਚਰਾਰ ਨੇ, ਇਹਨਾਂ ਨੂੰ ਮਿਲ ਸਕਦੇ ਹੋ, ਤੁਸੀਂ ਮੇਰਾ ਰੈਫਰੈਂਸ ਦੇ ਸਕਦੇ ਹੋ ਇਹਨਾਂ ਕੋਲ, ਤੇ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਕਿ ਅਸੀਂ ਜੈਸ ਟਿਊਟਰ ਸਰ ਦੇ ਸਟੂਡੈਂਟ ਆ, ਤੁਹਾਡੇ ਨਾਲ ਪੂਰਾ ਕੋਆਪਰੇਟ ਕਰਨਗੇ। ਕਿਉਂਕਿ ਸਟੂਡੈਂਟ ਜਿੰਨੀ ਜਲਦੀ ਤੁਸੀਂ ਉੱਥੇ ਪਹੁੰਚੋਗੇ ਓਨੀ ਜਲਦੀ ਤੁਹਾਡੀ ਜਿਹੜੀ ਰਿਹਾਇਸ਼ ਆ, ਤੁਹਾਡੀ ਹੋਸਟਲ ਆ, ਤੁਹਾਡਾ ਸੈੱਟ ਹੋ ਜਾਊਗਾ, ਤੁਹਾਡਾ ਜਿਹੜਾ ਸਮਾਨ ਵਗੈਰਾ ਤੁਸੀਂ ਆਪਣੀ ਸੈਟਿੰਗ ਕਰ ਲਓਗੇ, ਔਰ ਤੁਸੀਂ ਮੰਡੇ ਤੋਂ ਜਿਹੜੀਆਂ ਕਲਾਸਾਂ ਜਿਹੜੀਆਂ ਹੈਗੀਆਂ ਉਹ ਸਟਾਰਟ ਹੋ ਜਾਣਗੀਆਂ ਤੁਹਾਡੀਆਂ, ਔਰ ਤੁਸੀਂ ਆਪਣੀ ਕਲਾਸਾਂ ਨੂੰ ਚੰਗੀ ਤਰ੍ਹਾਂ ਈਜ਼ੀ ਤਰ੍ਹਾਂ ਔਰ ਤੁਸੀਂ ਆਪਣੀ ਕਲਾਸਾਂ ਨੂੰ ਈਜ਼ੀਲੀ ਜਿਹੜੀ ਆਪਣੀ ਸਟਾਰਟ ਕਰ ਸਕਦੇ ਹੋ ਫਿਰ। ਕਿਉਂਕਿ ਜੇ ਤੁਸੀਂ ਜਾਂਦੇ ਹੀ ਸੰਡੇ ਹੋ ਤਾਂ ਤੁਸੀਂ ਵੈਸੇ ਹੀ ਥੱਕ ਜਾਓਗੇ ਉੱਥੇ ਜਾ ਕੇ, ਉਹ ਤੁਹਾਡੀ ਸੈਟਿੰਗ ਜਿਹੜੀ ਆ ਉਹ ਨਹੀਂ ਹੋਣੀ ਜਲਦੀ। ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਕੱਲ੍ਹ ਜਾਂ ਪਰਸੋਂ ਹੱਦ ਤੁਸੀਂ ਉੱਥੇ ਤੱਕ ਪਹੁੰਚ ਜਾਓ, ਜਿਹੜੇ ਕੱਲ੍ਹ ਨਹੀਂ ਜਾ ਸਕਦੇ ਉਹ ਪਰਸੋਂ ਉੱਥੇ ਜ਼ਰੂਰ ਚਲੇ ਜਾਣ। ਤੇ ਇੱਕ ਮੋਹਾਲੀ ਦੇ ਵਿੱਚੋਂ ਵੀ ਮੈਸੇਜ ਆਇਆ ਸਾਨੂੰ ਕਿ ਜਿਨ੍ਹਾਂ ਦਾ ਦਾਖਲਾ ਜਿਹੜਾ ਮੋਹਾਲੀ ਦੇ ਵਿੱਚ ਹੋ ਚੁੱਕਿਆ ਉਹ ਸਕੂਲ ਦੇ ਵਿੱਚ ਬੱਚਿਆਂ ਦੀ ਜਮਾਤਾਂ ਸ਼ੁਰੂ ਹੋ ਗਈਆਂ ਹਨ, ਇਸ ਕਰਕੇ ਬੱਚੇ ਨੂੰ ਜਲਦ ਸਕੂਲ ਵਿੱਚ ਜ਼ਰੂਰੀ ਸਮਾਨ ਸਮੇਤ ਭੇਜਿਆ ਜਾਵੇ। ਸਮਾਨ ਦੇ ਲਿਸਟ ਨਾਲ ਨੱਥੀ ਕੀਤੀ ਗਈ ਆ, ਜਿਹੜੀ ਦੀ ਲਿਸਟ ਉਹ ਵੀ ਜਿਹੜੀ ਨਾਲ ਦੱਸ ਦਿੱਤੀ ਗਈ। ਹੁਣ ਤੱਕ ਸਾਰੇ ਸਟੂਡੈਂਟ ਵੈਸੇ ਸਮਾਨ ਦਾ ਜਿਹੜਾ ਪਤਾ ਲੱਗ ਹੀ ਚੁੱਕਿਆ, ਤੇ ਮੋਹਾਲੀ ਵਿੱਚੋਂ ਵੀ ਜਿਹੜਾ ਇਹ ਕਨਫਰਮੇਸ਼ਨ ਆ ਚੁੱਕੀ ਹੈ ਕਿ ਤੁਸੀਂ ਕੱਲ੍ਹ ਜਿਹੜਾ ਉੱਥੇ ਆਪਣਾ ਸਮਾਨ ਲੈ ਕੇ ਪਹੁੰਚ ਜਾਓ। ਤੋ ਜਿਨ੍ਹਾਂ ਨੇ ਮੋਹਾਲੀ ਜਾਣਾ ਮੋਹਾਲੀ ਪਹੁੰਚ ਜਾਓ ਕੱਲ੍ਹ, ਤੇ ਜਿਨ੍ਹਾਂ ਨੇ ਜਲੰਧਰ ਜਾਣਾ ਉਹ ਜਲੰਧਰ ਆਪਣਾ ਸਟੇਸ਼ਨ ਜਾ ਸਕਦੇ ਨੇ। ਤੁਹਾਨੂੰ ਫੇਰ ਵੀ ਕੋਈ ਕੁਐਸਚਨ ਹੈ, ਤੁਹਾਡੀ ਕੋਈ ਇਨਕੁਆਇਰੀ ਹੈ, ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ, ਤੁਸੀਂ ਉੱਥੇ ਮੈਨੂੰ ਜਾ ਕੇ ਪੁੱਛ ਸਕਦੇ ਹੋ। ਸੋ ਜੁੜੇ ਰਹੋ ਜੀ ਮੈਂ ਜੈਸਟ ਟਿਊਟਰ ਨਾਲ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮੱਚ।